ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਪਰਮਜੀਤ ਸਿੰਘ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਬਿਜਲੀ ਦਫ਼ਤਰ ਵਿੱਚ ਨਵੀਂ ਜੁਆਇਨਿੰਗ ਦੇ ਮੌਕੇ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ 73 ਕਰੋੜ ਦਾ ਅੰਡਰਗਰਾਊਂਡ ਪ੍ਰੋਜੈਕਟ ਵੀ ਤਿਆਰ ਕੀਤਾ ਜਾਵੇਗਾ। ਮਲਾਹਰ ਰੋਡ, ਘੁਮਾਰ ਮੰਡੀ, ਨੈਸ਼ਨਲ ਰੋਡ, ਪੱਖੋਵਾਲ ਰੋਡ ਅਤੇ ਸਰਾਭਾ ਨਗਰ ਇਸ ਪ੍ਰੋਜੈਕਟ ਏਰੀਏ ਵਿੱਚ ਸ਼ਾਮਲ ਹਨ। ਤਕਰੀਬਨ 33 ਡਿਪਾਰਟਮੈਂਟਸ ਸਰਕਾਰੀ ਹੈ, ਜਿਨ੍ਹਾਂ ਦੇ 45 ਕਰੋੜ ਦੇ ਲਾਗੇ ਡਿਫਾਲਟਿੰਗ ਅਮਾਊਂਟ ਸਟੈਂਡ ਕਰ ਰਹੀ ਆ। ਔਰ ਮੈਂ ਨਿੱਜੀ ਤੌਰ 'ਤੇ ਹਰ ਡਿਪਾਰਟਮੈਂਟ ਨਾਲ ਗੱਲ ਕਰਕੇ ਔਰ ਗਵਰਨਮੈਂਟ ਨੇ ਆਲਰੇਡੀ ਸਾਨੂੰ ਇੰਸਟਰਕਸ਼ਨ ਦਿੱਤੀ ਹੋਈ ਕਿ ਇਹਨਾਂ ਕੋਲ ਰਿਕਵਰ ਕੀਤਾ ਜਾਏ। ਅਸੀਂ ਜੋ ਡਿਫਾਲਟਿੰਗ ਅਮਾਊਂਟ ਹੈ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਿਰਫ ਉਹ ਜਿਹੜੇ ਹੈਗੇ ਆ ਅਸੈਂਸ਼ੀਅਲ ਸਰਵਿਸਿਜ, ਉਹਨਾਂ 'ਤੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਜਾਏਗੀ। ਉਹ ਪਰ ਉਹਨਾਂ ਨਾਲ ਫਿਰ ਵੀ ਗੱਲਬਾਤ ਕਰਕੇ ਉਹਨਾਂ ਤੋਂ ਉਪਰਾਲੇ ਕੀਤੇ ਜਾਣਗੇ ਰਿਕਵਰੀ ਕਰਨ ਦੇ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.